ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਾਦੀਪੁਰ, ਜ਼ਿਲ੍ਹਾ ਕੈਥਲ, ਹਰਿਆਣਾ। ਜੋ ਆਪ ਜਿਸ ਵੀਰ ਨੂੰ ਵੇਖ ਰਹੇ ਹੋ, ਵੀਰ ਦੀ ਉਮਰ 26 ਸਾਲ ਦੀ ਹੈ, ਜੋ 26 ਸਾਲ ਤੋਂ ਇਸੇ ਤਰ੍ਹਾਂ ਹੀ ਜਿੰਦਾ ਲਾਸ਼ ਦੀ ਤਰ੍ਹਾਂ ਮੰਜੇ ਤੇ ਪਿਆ ਹੋਇਆ ਹੈ। ਇਸ ਦੀ ਪਹਿਲਾਂ ਦੇਖਭਾਲ ਇਸ ਦੀ ਮਾਤਾ ਜੀ ਕਰਦੇ ਸਨ ਤੇ ਇਸ ਦਾ ਵੱਡਾ ਭਰਾ ਖੰਡ ਪਾਠ ਸਾਹਿਬ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਪਰ 3 ਸਾਲ ਪਹਿਲਾਂ ਇਹਨਾਂ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਇਸ ਬੱਚੇ ਦੇ ਕਾਰਨ ਇਸ ਦਾ ਭਰਾ ਕਿਤੇ ਵੀ ਕੰਮ ਤੇ ਨਹੀਂ ਜਾ ਸਕਦਾ। ਇਸ ਕਰਕੇ ਇਹਨਾਂ ਦੀ ਹਾਲਾਤ ਜੋ ਨੇ, ਘਰ ਦੀ ਆਰਥਿਕ ਹਾਲਾਤ ਨੇ, ਬਹੁਤ ਕਮਜ਼ੋਰ ਹੋ ਚੁੱਕੇ ਨੇ। ਸੋ ਇਸ ਵੀਰ ਨੂੰ ਕਿਸੇ ਨੇ ਪਿੰਗਲਵਾੜ ਦੇ ਵਿੱਚ ਵੀ ਨਹੀਂ ਰੱਖਿਆ, ਕਿਉਂਕਿ ਪਿੰਗਲਵਾੜੇ ਵਾਲੇ ਇਹ ਗੱਲ ਕਹਿੰਦੇ ਨੇ ਵੀ ਜਿਸਦਾ ਕੋਈ ਵਾਰਸ ਹੋਵੇ ਅਸੀਂ ਉਸਨੂੰ ਨਹੀਂ ਰੱਖ ਸਕਦੇ। ਗੁਰਸਿੱਖ ਪਰਿਵਾਰ ਹੈ ਤੇ ਇਹ ਬਜ਼ੁਰਗ ਨੇ ਸਰਦਾਰ ਜਸਵੀਰ ਸਿੰਘ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਕਾਫੀ ਸੰਗਤ ਕੀਤੀ ਹੈ। ਸੋ ਇਹਨਾਂ ਤੋਂ ਪਤਾ ਲੱਗਾ ਵੀ ਜੋ ਸਰਸੇ ਵਾਲੇ ਸਨ, ਸਰਸੇ ਵਾਲੇ ਸਾਧ ਵੱਲੋਂ 50 ਲੱਖ ਦੀ ਆਫਰ ਆਈ ਸੀ ਵੀ ਅਸੀਂ ਤੁਹਾਨੂੰ ਮਕਾਨ ਬਣਾ ਕੇ ਦਿੰਨੇ ਆ, ਤੁਹਾਡਾ ਰਾਸ਼ਨ ਪਾਣੀ ਵੀ ਦੇਵਾਂਗੇ, ਤੁਹਾਨੂੰ ਮਹੀਨੇ ਦੇ ਪੈਸੇ ਵੀ ਦੇਵਾਂਗੇ, ਤੇ ਇਸ ਵੀਰ ਦਾ ਜਿੰਨਾ ਵੀ ਖਰਚਾ ਆਏਗਾ ਅਸੀਂ ਚੁੱਕਾਂਗੇ। ਇਹ ਗੱਲ ਸਹੀ ਹੈ ਜਸਵੀਰ ਸਿੰਘ ਜੀ ਵੀ 50 ਲੱਖ ਰੁਪਇਆ ਤੁਹਾਨੂੰ ਸਰਸੇ ਵਾਲਿਆਂ ਨੇ ਦੇਣ ਦੀ ਆਫਰ ਦਿੱਤੀ ਸੀ? ਕਿਉਂਕਿ ਗੁਰਸਿੱਖ ਪਰਿਵਾਰ, ਇਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਸੰਗਤ ਕੀਤੀ ਆ, ਆਪ ਜੀ ਇਹਨਾਂ ਦੇ ਮਕਾਨ ਦੀ ਹਾਲਾਤ ਵੀ ਦੇਖ ਰਹੇ ਹੋ, ਬਹੁਤ ਮਾੜੀ ਹਾਲਾਤ ਹੈ, ਤੇ ਸਾਡਾ ਵੀ ਫਰਜ਼ ਬਣਦਾ ਹੈ ਜੋ ਐਸੇ ਗੁਰਸਿੱਖ ਪਰਿਵਾਰ ਨੇ ਜੋ ਅੱਜ ਆਰਥਿਕ ਕਮਜ਼ੋਰੀ ਨਾਲ ਜੂਝ ਰਹੇ ਨੇ, ਇਹੋ ਜਿਹੇ ਬੱਚੇ ਜਿਨ੍ਹਾਂ ਦੀ ਦੇਖਭਾਲ ਕਰਕੇ ਅੱਜ ਵੇਖੋ ਕਿੰਨੀ ਆਰਥਿਕ ਹਾਲਤ ਇਸ ਪਰਿਵਾਰ ਦੀ ਮਾੜੀ ਹੋ ਚੁੱਕੀ ਹੈ, ਪਰ ਇਹਨਾਂ ਆਪਣੀ ਗੁਰਸਿੱਖੀ ਨਹੀਂ ਛੱਡੀ, ਤੇ ਸਾਡਾ ਵੀ ਫਰਜ਼ ਬਣਦਾ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਤੇ ਇਸ ਵੀਰ ਦੀ ਆਰਥਿਕ ਮਦਦ ਵਾਸਤੇ ਗੁਰਸਿੱਖ ਵੀਰ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਅੱਗੇ ਆਉਣ। ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜੋ ਸੰਗਤਾਂ ਨੂੰ? ਅਸੀਂ ਇਹੋ ਅਪੀਲ ਕਰਨਾ ਚਾਹਾਂਗੇ ਜੀ ਆਪਣੇ ਖਾਲਸਾ ਪੰਥ ਨੂੰ, ਸਿੱਖ ਪਰਿਵਾਰ ਨੂੰ, ਜੇ ਘਰ ਦੀ ਜਿਹੜੀ ਸਾਡੇ ਹਾਲਤ ਹੈ ਵੇਖਦਿਆਂ, ਸਾਡੇ ਆਪਣੀ ਤਨ ਮਨ ਧਨ ਨਾਲ ਤੇ ਸੇਵਾ ਕਰੋ, ਆਪਣਾ ਮਦਦ ਕਰੋ, ਜੋ ਅਸੀਂ ਆਪਣਾ ਜਿਹੜਾ ਗੁਜ਼ਾਰਾ ਕਰ ਸਕੀਏ। ਦੇਖੋ ਜੀ, ਬਜ਼ੁਰਗਾਂ ਨੇ ਗੱਲ ਕਹੀ ਹੈ ਤੇ ਕੋਈ ਘਾਟ ਨਹੀਂ ਸਾਡੀ ਸਿੱਖ ਕੌਮ ਕੋ ਵੀ, ਜਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀਰ ਬੈਠੇ, ਕੋਈ ਘਾਟ ਨਹੀਂ ਸਾਡੀ ਸਿੱਖ ਕੌਮ ਕੋ ਪੁੰਨ ਦਾਨ ਦੀ। ਇਸ ਕਰਕੇ ਆਪ ਜੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕਰੋ ਜਿੰਨੀ ਵੀ ਹੋ ਸਕਦੀ ਹੈ। ਇਸ ਪਰਿਵਾਰ ਦੇ ਨਾਲ ਤੁਸੀਂ ਸਿੱਧਾ ਕਨੈਕਟ ਕਰ ਸਕਦੇ ਹੋ, ਇਹ ਵੀਰ ਜੀ ਦਾ ਨੰਬਰ ਹੈ ਰਾਜਵੀਰ ਸਿੰਘ, ਤੇ ਇਹੀ ਬੇਨਤੀ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।